ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਹੈ ਕਿਸਾਨ ਵੀਰੋ ਇਸ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਕਿ ਜਿਹੜੇ ਕੱਲ ਤੇ ਪਰਸੋਂ 2-3 ਜਿਹੜੇ ਹੈਗੇ ਕਿਸਾਨ ਵੀਰਾਂ ਦੇ ਸਵਾਲ ਆਏ ਆ ਲੀਹੋਸਨ ਦੀ ਸਪਰੇਅ ਬਾਰੇ ਕਣਕ ਦੀ ਫਸਲ ਦੇ ਵਿੱਚ ਕਿ ਉਹ ਕਿੰਨੀ ਕਰਨੀ ਹੈ ਜੀ ਜਾਂ ਕਦੋਂ ਕਰਨੀ ਹੈ ਸੋ ਉਹਦੇ ਬਾਰੇ ਡਿਟੇਲ ਚ ਆਪਾਂ ਜਾਣਕਾਰੀ ਸਾਂਝੀ ਕਰਨੀ ਕਿੱਥੇ ਕਰਨੀ ਆ ਕਿੰਨੀ ਡੋਜ਼ ਕਰ ਸਕਦੇ ਆ ਕਿੱਥੇ ਨਹੀਂ ਕਰਨੀ ਚਾਹੀਦੀ ਕੀ ਇਹ ਅਸਲ ਦੇ ਵਿੱਚ ਇਹ ਲਿਓਸਿਨ ਹੈ ਕੀ ਚੀਜ਼ ਆ ਸੋ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਆ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਲਰਟ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਜਿਹੜਾ ਲਿਓਸਿਨ ਕਿਸਾਨ ਵੀਰੋ ਇਹ ਬੇਸਿਕਲੀ ਜਿਹੜਾ ਹੈਗਾ ਇਹ ਬ੍ਰਾਂਡ ਨੇਮ ਹੈ ਬੀਏਐਸਐਫ ਕੰਪਨੀ ਦਾ ਇੱਕ ਪ੍ਰੋਡਕਟ ਆਉਂਦਾ ਲਿਓਸਿਨ ਉਹਦਾ ਜਿਹੜਾ ਟੈਕਨੀਕਲ ਆ ਉਹਦੇ ਵਿੱਚ ਉਹ ਹੈ ਕਲੋਰਮਕੁਆਇਰਟ ਕਲਰਾਇਡ ਇਹ ਇੱਕ ਪlant growth regulator ਹੈ ਸਭ ਤੋਂ ਪਹਿਲਾਂ ਤਾਂ ਇਹ ਸਮਝੋ ਕਿ plant growth regulator ਕੀ ਹੁੰਦੇ ਆ plant growth regulator ਹੁੰਦੇ ਆ ਜਿਹੜੇ ਫਸਲ ਦਾ ਵਾਧਾ ਕਰਾਉਂਦੇ ਆ ਜਾਂ ਰੋਕਦੇ ਦੋ ਤਰ੍ਹਾਂ ਦੇ ਹੁੰਦੇ ਆ ਇਹ ਬੇਸਿਕਲੀ ਪlant growth regulator ਨੇ ਉਹਦੇ ਵਿੱਚ ਗਾਂ ਹੁੰਦਾ ਹੈ ਇੱਕ ਜਿਹੜੇ ਪਲਾਂਟ ਗ੍ਰੋਥ ਨੂੰ ਇਨਕਰੀਜ਼ ਕਰਦੇ ਆ ਇੱਕ ਜਿਹੜੇ ਹੈ ਰਿਟਾਰਡ ਕਰਦੇ ਆ ਜਿਵੇਂ ਤੁਸੀਂ ਜੋਬ੍ਰਾਇਲਿਕ ਐਸਿਡ ਜਾਂ ਟ੍ਰਾਈਕਾਂਟਨਲ ਵਗੈਰਾ ਵਰਤਦੇ ਆ ਉਹ ਜਿਹੜੇ ਪਲਾਂਟ ਗ੍ਰੋਥ ਰੈਗੂਲੇਟਰ ਆ ਉਹ ਫਸਲ ਦਾ ਵਾਧਾ ਕਰਾਉਂਦੇ ਆ ਵੈਜੀਟੇਟਿਵ ਗ੍ਰੋਥ ਵਧਾਉਂਦੇ ਆ ਜਿਹੜੇ ਕਲੋਰੈਮਕੋਐਟ ਕਲਰਾਈਡ ਹੈ ਜਾਂ ਮੈਪੀਕੋਐਟ ਕਲਰਾਈਡ ਹੈ ਇਹ ਪਲਾਂਟ ਗ੍ਰੋਥ ਗ੍ਰੋਥ ਰੈਗੂਲੇਟਰ ਦੇ ਵਿੱਚ ਪਲਾਂਟ ਗ੍ਰੋਥ ਰਿਟਾਰਡੈਂਸ ਨੇ ਜਿਹੜੇ ਕੇ ਵੈਜੀਟੇਟਿਵ ਗ੍ਰੋਥ ਨੂੰ ਰੋਕਦੇ ਆ ਤੇ ਰਿਪਰੋਡਕਟਿਵ ਗ੍ਰੋਥ ਇਨਕਰੀਜ਼ ਕਰਦੇ ਆ ਮਤਲਬ ਕਿ ਫਸਲ ਦੇ ਵਿੱਚ ਜਿੱਥੇ ਕਿਤੇ ਅਣਚਾਹਾ ਵੱਧਾ ਹੈ ਹਾਈਟ ਜ਼ਿਆਦਾ ਹੁੰਦੀ ਫਸਲ ਦੀ ਜਾਂ ਕੋਈ ਵੱਲਣਾਂ ਵਾਲੀ ਫਸਲ ਆ ਉਹਦੀ ਜਿਹੜੀ ਹੈਗੀ ਆ ਜਿਵੇਂ ਉਦਾਹਰਨ ਆ ਪਾਲੂਆਂ ਦੀ ਲੈ ਲਈਏ ਉਹਦੇ ਵਿੱਚ ਜੇ ਆਪਾਂ ਨੂੰ ਲੱਗਦਾ ਕਿ ਉਹਦੀ ਗਰੋਥ ਜ਼ਿਆਦਾ ਹੋ ਰਹੀ ਹੈ ਉੱਥੇ ਇਹ ਵਰਤੋਂ ਜਿਹੜੀ ਹੈਗੀ ਇਹਨਾਂ ਦੀ ਕੀਤੀ ਜਾਂਦੀ ਹੈ ਕਲੋਰਮਕੁਆਇਟ ਤੇ ਮੈਪਿਕੋਰਕਟਰਾਇਡ ਇਹ ਜਿਹੜਾ ਤੁਸੀਂ ਜਾਣਦੇ ਆ ਜਿਹੜਾ ਬ੍ਰਾਂਡ ਨੇਮ ਲੀ ਹੋਸਨ ਉਹਦੇ ਵਿੱਚ ਜਿਹੜਾ ਟੈਕਨੀਕਲ ਆ ਕਲੋਰਮਕੁਆਇਟ ਕਨਰਾਇਡ ਹੁਣ ਆਪਾਂ ਗੱਲ ਕਰਦੇ ਆ ਕਿ ਇਹ ਕਿੱਥੇ ਕਰ ਸਕਦੇ ਆ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੇ ਜਿਹੜਾ ਹੈਗਾ ਇੰਸਟੀਚੂਟ ਹੈ ਕਰਨਾਲ ਦੇ ਵਿੱਚ ਇੰਡੀਅਨ ਇੰਸਟੀਚੂਟ ਵੀਟ ਐਂਡ ਬਾਰਲੀ ਰਿਸਰਚ ਉਹਦੀ ਵੈਰਾਈਟੀ ਆਈ ਸੀ ਐਚ ਡੀ 3226 ਲੇਟੈਸਟ ਵੈਰਾਈਟੀ ਹੈ ਨਵੀਂ ਵੈਰਾਈਟੀ ਹੈ ਉਹ ਬਹੁਤ ਸਾਰੇ ਕਿਸਾਨ ਵੀਰਾਂ ਨੇ ਲਾਈ ਆ ਉਹਦੇ ਵਿੱਚ ਸਪਾਰਸ਼ ਕੀਤੀ ਗਈ ਹੈ ਉਹਨਾਂ ਨੇ ਜਿਹੜਾ ਇੰਡੀਅਨ ਇੰਸਟੀਚੂਟ ਆ ਵੀਟ ਐਂਡ ਬਾਰਲੀ ਰਿਸਰਚ ਨੇ ਸਪਾਰਸ਼ ਕੀਤੀ ਹੈ ਕਿ ਉਹਦੇ ਵਿੱਚ ਕਿਉਂਕਿ ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ ਉਹ ਹਾਈਟ ਨੂੰ ਰੋਕਣ ਵਾਸਤੇ ਤਾਂ ਕਿ ਉਹ ਡਿੱਗੇ ਨਾ ਇੱਕ ਤਾਂ ਉਹਦੀ ਹਾਈਟ ਰੋਕ ਦਿੰਦਾ ਉਹਦੇ ਵਿੱਚ ਦੋ ਸਪਰਿਆਂ ਦੀ ਜਿਹੜੀ ਹੈਗੀ ਉਹਨਾਂ ਨੇ ਸਪਾਰਸ਼ ਕੀਤੀ ਹੈਗੀ ਆ ਕਿ ਹਾਈਟ ਰੁਕ ਜਾਂਦੀ ਹੈ ਉਹਦੇ ਨਾਲ ਕੀ ਹੈ ਫਿਰ ਜਿਹੜੀ ਉਹਦੀ ਵੈਜੀਟੇਟਿਵ ਗਰੋਥ ਜਦ ਰੁਕਦੀ ਹੈ ਕਿਉਂਕਿ ਬੇਸਿਕਲੀ ਇਹ ਜਿਬਰੈਲਿਨਸ ਹੈ ਜਿਹੜੇ ਗਰੋਥ ਰੈਗੂਲੇਟਰ ਜਿਹੜੇ ਕੁਦਰਤੀ ਜਿਹੜੇ ਹੈਗੇ ਵਾਧਾ ਕਰਾਉਣ ਵਾਲੇ ਜਿਹੜੇ ਤਾਤਾ ਪੌਦੇ ਦੇ ਵਿੱਚ ਜਿਬਰੈਲਿਨਸ ਜਿਹੜੇ ਪ੍ਰੋਡਿਊਸ ਹੁੰਦੇ ਆ ਉਹਨਾਂ ਦੀ ਬਾਇਓਸਿੰਥੈਸਿਸ ਰੋਕ ਦਿੰਦਾ ਜਿਹੜਾ ਇਹ ক্লোਰੈਮਕੁਆਇਟ ਕਲਰਾਇਡ ਆ ਤੇ ਉਹਦੇ ਨਾਲ ਕੀ ਹੁੰਦਾ ਜਿਹੜਾ ਪੌਦੇ ਦਾ ਹੀ ਰਿਪਰੋਡਕਟਿਵ ਗਰੋਥ ਹੈ ਜਿਹੜੀ ਅੰਦਰ ਸ਼ੁਰੂ ਹੋ ਜਾਂਦੀ ਹੈ ਜਿਹਦੇ ਨਾਲ ਕੀ ਆ ਉਹਦਾ ਹਰਾਪਣ ਵਧਣਾ ਉਹਦੀ ਜਿਹੜੀ ਹੈਗੀ ਆ ਸ਼ਖਾਵਾਂ ਹੋਰ ਫੁੱਟਣੀਆਂ ਜਾਂ ਜਿਹੜੀ ਹੈਗੀ ਵੈਜੀਟੇਟਿਵ ਗਰੋਥ ਤੋਂ ਰਿਪਰੋਡਕਟ ਗਰੋਥ ਹਾਲ ਨੂੰ ਬੂਟਾ ਜਿਹੜਾ ਹੈਗਾ ਚਲਾਇਆ ਜਾਂਦਾ ਉਹ ਲੰਬੀ ਕਰ ਦਿੰਦੇ ਆ ਸਟੈਮ ਜਿਹੜੀ ਹੈਗੀ ਤਣਾ ਮਜ਼ਬੂਤ ਹੋ ਜਾਂਦਾ ਜਾਂ ਹਾਈਟ ਘਟ ਜਾਂਦੀ ਜਿਹੜੇ ਟ੍ਰਾਇਲਸ ਮੈਂ ਇੱਕ ਦੋ ਥਾਵਾਂ ਤੇ ਜਿਹੜੇ ਹੈ ਲਿਟਰੇਚਰ ਚ ਦੇਖਿਆ ਹੈਗਾ ਕਿ ਉਹ ਹਾਈਟ ਉਹਨਾਂ ਨੇ ਜਿਹੜੇ ਟ੍ਰਾਇਲਸ ਕੀਤੇ ਆ ਇੰਡੀਅਨ ਇੰਸਟੀਚਿਊਟ ਆਫ ਵੀਟ ਐਂਡ ਬਾਰਲੀ ਰਿਸਰਚ ਨੇ ਜਾਂ ICAR ਨੇ ਜਿੱਥੇ-ਜਿੱਥੇ ਟ੍ਰਾਇਲ ਆਏ ਆ ਜਿਆਦਾ ਹਾਈਟ ਵਾਲੀਆਂ ਕਣਕ ਦੀਆਂ ਵੈਰਾਈਟੀਆਂ ਦੇ ਵਿੱਚ ਉਥੇ ਜਿਹੜੀ 5 ਤੋਂ 6 ਸੈਂਟੀਮੀਟਰ ਜਿਹੜੀ ਹਾਈਟ ਇਹਨੇ ਘਟਾਤੀ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਉਹਦੇ ਕਰਕੇ ਜਿਹੜਾ ਰਿਪਰੋਡਕਟਿਵ ਗਰੋਥ ਜਿਹੜੀ ਲੰਬੀ ਹੋਣ ਕਰਕੇ ਉਹਦੇ ਨਾਲ ਜਿਹੜਾ ਹੈਗਾ ਥੋੜਾ ਬਹੁਤਾ ਝਾੜ ਦਾ ਵੀ ਫਰਕ ਪੈ ਸਕਦਾ ਪਰ ਬੇਸਿਕਲੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਬਿਨਾ ਮਤਲਬ ਤੋਂ ਆਪਾਂ ਇਹ ਸਪਰੇ ਨਹੀਂ ਕਰਨੀ ਕਿ ਆਪਾਂ ਹਰੇਕ ਕਿਸੇ ਵੈਰਾਈਟੀ ਦੇ ਵਿੱਚ ਜਾਂ ਹਰ ਹਰ ਇੱਕ ਥਾਂ ਦੇ ਕਣਕ ਦੇ ਵਿੱਚ ਆਪਾਂ ਇਹਦੀ ਸਪਰੇ ਕਰੀ ਜਾਈਏ ਕਲੋਰਮਕਵਾਇਟ ਕਰਾਇਡ ਦੀ ਕਿਉਂਕਿ ਉਹ ਤਾਂ ਬ੍ਰਾਂਡ ਨੇਮ ਆ ਕੰਪਨੀ ਦਾ ਲਿਓਸਨ ਕਲੋਰਮਕਵਾਇਟ ਹੋਰ ਕੰਪਨੀਆਂ ਦੇ ਵੀ ਆਉਂਦੇ ਹੋਣਗੇ ਆਪਾਂ ਟੈਕਨੀਕਲ ਦੀ ਗੱਲ ਕਰ ਰਹੇ ਆਂ ਕੇ ক্লোরাম কোয়ার ক্লোরাইড ਹੈ ਉਹ ਆਪਾਂ ਜਿਹੜਾ ਬੇਸਿਕਲੀ ਆ ਜਿਵੇਂ ਆਲੂਆਂ ਚ ਵਰਤ ਸਕਦੇ ਆ ਜਿਵੇਂ ਲਸਣ ਤੇ ਪਿਆਜ਼ ਆ ਉਹਦੇ ਵਿੱਚ ਵੀ ਦਾ ਗੰਢੇਲਾ ਨਾ ਬਣ ਜਾ ਉਹਦੀ ਗਰੋਥ ਨਾ ਜ਼ਿਆਦੇ ਹੋਵੇ ਤਾਂ ਉਹ ਵੀ ਜਿਹੜੀ ਉਹਦੀ ਗਰੋਥ ਵੀ ਇਹ ਜਿਹੜੇ ਹੈ ক্লোਰਮ ਕੋয়ার ਰੋਕਦਾ ਤਾਂ ਉਹਦੇ ਨਾਲ ਜਿਹੜੇ ਹੈਗੇ ਉਹਦੇ ਜਿਹੜੀ ਝਾੜ ਦੇ ਵਿੱਚ ਫਰਕ ਪੈ ਸਕਦਾ ਤੇ ਬੇਸਿਕਲੀ ਹੁੰਦਾ ਕਿ ਇਹਨਾਂ ਦੀ ਅਣਚਾਹੀ ਵਾਧੇ ਨੂੰ ਰੋਕਣਾ ਜਨ ਚਾਹ ਵਾਧਾ ਰੁਕੂਗਾ ਉਹਦੀ ਵੈਜੀਟੇਟਿਵ ਗਰੋਥ ਰੁਕੂਗੀ ਤਾਂ ਫਿਰ ਅਲਟੀਮੇਟਲੀ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜੀ એનર્ਜੀ ਪਲਾਂਟ ਜਿਹੜਾ ਹੈਗਾ ਪੋਜਨ ਬਣਾਉਂਦਾ ਉਹ ਆ ਉਹਦੀ ਰਿਪਰੋਡਕਟਿਵ ਗਰੋਥ ਜਾਂ ਝਾੜ ਵਧਾਉਣ ਵਾਲ ਨੂੰ ਲੱਗ ਸਕਦੀ ਆ ਡਿਵਰਟ ਹੋ ਜਾਂਦੀ ਆ ਸੋ ਜਿਹੜੀ ਹੈਗੀ ਬੇਸਿਕਲੀ ਕਿਸਾਨ ਵੀਰੋ ਤੁਸੀਂ ਇਹ ਵਰਤ ਸਕਦੇ ਜਿੱਥੇ ਕਿਸਾਨ ਵੀਰਾਂ ਨੇ ਐਚਡੀ 3226 ਵੈਰਾਈਟੀ ਲਈ ਉੱਥੇ ਤੁਸੀਂ ਕਰ ਸਕਦੇ ਹੋ ਦੋ ਸਪਰੇਆ ਇੱਕ ਹੈਗੀ ਇਹ ਫਰਸਟ ਨੋਟ ਤੇ ਇੱਕ ਜਦੋਂ ਫਲੈਗ ਲੀਫ ਜਿਹੜਾ ਲਾਸਟ ਪੱਤਾ ਜਿਹੜਾ ਹੈਗਾ ਬੂਟਿਆਂ ਦੇ ਵਿੱਚ ਨਿਕਲਦਾ ਹੈ ਮਤਲਬ ਕਿ ਇੱਕ ਤੁਸੀਂ ਸਪਰੇਅ ਜਿਹੜੀ 50 ਦਿਨ ਤੇ ਕਰ ਸਕਦੇ ਹੋ 50 55 ਦਿਨ ਤੇ ਇੱਕ ਜਿਹੜੀ 80 ਦਿਨ ਤੇ ਐਚ ਡੀ 32 26 ਦੇ ਵਿੱਚ ਕਿਉਂਕਿ ਜਿਹੜੀ ਹੈਗੀ ਆ ਇਹਦੇ ਵਿੱਚ ਇਹ ਸਟੇਜਾਂ 50 55 ਦਿਨ ਤੇ 80 ਦਿਨ ਤੇ ਆਉਂਦੀਆਂ ਉਹ ਇਹ ਤੁਸੀਂ ਦੋ ਸਪ੍ਰਿੰਆਂ ਦੋ ਸਪ੍ਰਿੰਆਂ ਦੇ ਵਿੱਚ ਡੋਜ਼ ਤੁਸੀਂ 0.2% ਮਤਲਬ ਕਿ ਜੇ 100 ਲੀਟਰ ਪਾਣੀ ਵਰਤਣਾ ਤਾਂ 200 ਐਮਐਲ ਵਰਤ ਸਕਦੇ ਹੋ ਜੇ 150 ਲੀਟਰ ਪਾਣੀ ਲੱਗਦਾ ਤਾਂ 300 ਐਮਐਲ ਵਰਤ ਸਕਦੇ ਹੋ ਅ ਡੋਸ ਜ਼ਿਆਦਾ ਨਹੀਂ ਪਾਉਣੀ ਹੈਗੀ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ C306 ਦੇ ਵਿੱਚ ਵੀ ਜਿਹੜੇ ਹੈਗੇ ਇੰਡੀਅਨ ਇੰਸਟੀਚਿਊਟ ਆਫ ਵੀਟ ਐਂਡ ਬਾਰਲੀ ਰਿਸਰਚ ਨੇ ਜਿਹੜੇ ਟ੍ਰਾਇਲ ਕੀਤੇ ਸੀ ਉਹ ਲਿਟਰੇਚਰ ਦੇ ਵਿੱਚ ਵੀ ਉਹਨਾਂ ਨੇ ਛਾਪਿਆ ਕਿ C306 ਇੱਕ ਪੁਰਾਣੀ ਵੈਰਾਈਟੀ ਆ ਬੇਸਿਕਲੀ ਜਿਹੜੀਆਂ ਹੈਗੀਆਂ ਪਹਿਲਾਂ ਦੇਸੀ ਵੈਰਾਈਟੀਆਂ ਹੁੰਦੀਆਂ ਸੀ ਇਹਨਾਂ ਦੀ ਹਾਈਟ ਜ਼ਿਆਦਾ ਹੀ ਹੁੰਦੀ ਸੀਗੀ ਉਹਦੇ ਵਿੱਚ ਵੀ ਉਹਦੀ ਜਿਹੜੀ ਹੈਗੀ ਗਰੋਥ ਰਿਟਾਰਡ ਹੋਈ ਆ ਜਾਂ HDCSW 18 ਵੈਰਾਈਟੀ ਆ ਉਹਦੇ ਵਿੱਚ ਜਿਹੜੀ ਹੈਗੀ ਹਾਈਟ ਜ਼ਿਆਦਾ ਹੁੰਦੀ ਆ ਉਹ ਬਾਅਦ ਚੋ ਆ ਕੇ ਜਿਹੜੀ ਕਣਕ ਦੀ ਵੈਰਾਈਟੀ ਜਿਹੜੀ ਜੇ ਡੈਗ ਪੈਂਦੀਆਂ ਨੇ ਤਾਂ ਉੱਥੇ ਜਿਹੜੇ ਆਪਾਂ ਗਰੋਥ ਰਿਟਾਰਡੈਂਟ ਇਹ ਵਰਤ ਸਕਦੇ ਆ ਜਾਂ ਤੁਸੀਂ ਦੇਖਿਆ ਜਿਵੇਂ ਨਰਮੇ ਦੀ ਫਸਲ ਦੇ ਵਿੱਚ ਮੈਪੀਕੋਰਟ ਕਲਰਾਈਡ ਕਈ ਵਾਰੀ ਆਪਾਂ ਵਰਤ ਲੈਂਦੇ ਜਿਹੜਾ ਉਹਦਾ ਬੂਟਿਆਂ ਦਾ ਤਾਂ ਉਹ ਵਧਣਾ ਰੋਕ ਦਿੰਦਾ ਤਾਂ ਜਿਹੜੇ ਹੈਗੇ ਆ ਟਿੰਡੇ ਆ ਜਿਹੜੇ ਇਕੱਠੇ ਮਚੌਰ ਹੋ ਜਾਂਦੇ ਆ ਤੇ ਜਿਹੜੇ ਹੈ ਫਾਲ ਫਰੂਟ ਜਾਦੇ ਆਉਣ ਲੱਗ ਪੈਂਦਾ ਕਿਉਂਕਿ ਉਹਨਾਂ ਦਾ ਜਿਹੜਾ ਵਾਧਾ ਰੁਕ ਜਾਂਦਾ ਰਿਪਰੋਡਕਟਿਵ ਗਰੋਥ ਨੂੰ ਜਿਹੜੀ ਸੀ એનર્ਜੀ ਡਿਵਰਟ ਹੋ ਜਾਂਦੀ ਆ ਸੋ ਕਹਿਣ ਦਾ ਮਤਲਬ ਮੇਰਾ ਇਹ ਹੈ ਮੈਂ ਹਰ ਇੱਕ ਵੀਡੀਓ 'ਚ ਕਹਿਣਾ ਹੁੰਨਾ ਕਿ ਬਿਨਾ ਮਤਲਬ ਤੋਂ ਇੰਪ ਇਹਦਾ ਜਿਹੜੀ ਕਲੋਰਮ ਕੁਆਇਟ ਕਲਰਾਇਡ ਹੈ ਜੇ ਆਪਾਂ ਲੰਬੀ ਹਾਈਟ ਵਾਲੀਆਂ ਕਣਕ ਦੀਆਂ ਫਸਲਾਂ ਵਿੱਚ ਉਹਨੂੰ ਡਿੱਗਣ ਤੋਂ ਬੇਸਿਕਲੀ ਲੋਜਿੰਗ ਤੋਂ ਬਚਾਉਣਾ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਇੱਕ ਵੈਰਾਈਟੀ ਦੇ ਵਿੱਚ ਇਹ ਸਪਰੇਅ ਕਰੋ ਆਪਾਂ ਕਿਸਾਨ ਵੀਰੋ ਲੋਡ ਤੋਂ ਬਿਨਾਂ ਜਿਹੜੀ ਇਨਪੁਟ ਨਹੀਂ ਵਰਤਣੀ ਸਮਾਂ ਹੈ ਕਿ ਤੁਸੀਂ ਹਰ ਇੱਕ ਵੈਰਾਈਟੀ ਦੇ ਵਿੱਚ ਆਪਣੇ ਹਰ ਖੇਤ ਦੇ ਵਿੱਚ ਜਿਹੜੀਆਂ ਤੁਸੀਂ ਕਿਸਮਾਂ ਲਾਈਆਂ ਉਹਦੇ ਵਿੱਚ ਦੇਖੋ ਉਹ ਚ ਕਿਸੇ ਤੱਤ ਦੀ ਘਾਟ ਹੈ ਜਾਂ ਕੋਈ ਉਹਨੂੰ ਹੁਣ ਗਾਂ ਅੱਗੇ ਕਿਸੇ ਬਿਮਾਰੀ ਦੀ ਉਲੀ ਰੋਗ ਤੋਂ ਬਚਾਅ ਵਾਸਤੇ ਜਿਹੜੀ ਇਨਪੁਟ ਦੀ ਲੋੜ ਆ ਜ਼ਰੂਰਤ ਅਨੁਸਾਰ ਹੀ ਆਪਾਂ ਨੂੰ ਜਿਹੜੀ ਹੈਗੀ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਜ਼ਰੂਰਤ ਤੋਂ ਬਿਨਾ ਜੇ ਆਪਾਂ ਉਹਦੀ ਵਰਤੋਂ ਕਰਾਂਗੇ ਆਪਣਾ ਖਰਚਾ ਵੀ ਹੋਊਗਾ ਫਾਇਦਾ ਉਹਦਾ ਕੋਈ ਨਹੀਂ ਹੋਣ ਵਾਲਾ ਸੋ ਇਹਦੇ ਕਰਕੇ ਜਿਹੜਾ ਮੈਂ ਆ ਸਵਾਲ ਸੀਗਾ ਇੱਕ ਹੈ ਕਿਸਾਨ ਵੀਰੋ ਕਿ ਪਾਣੀ ਦਾ ਮੈਂ ਪਿਛਲੀਆਂ ਵੀਡੀਓ 'ਚ ਵੀ ਜ਼ਿਕਰ ਕੀਤਾ ਜਿੱਥੇ ਕਿਸਾਨ ਵੀਰਾਂ ਨੇ ਪਾਣੀ ਨਹੀਂ ਲਾਇਆ ਫਸਲ ਕਿਸਾਨ ਵੀਰੋ ਜਿਹੜਾ ਖੇਤ ਆ ਉੱਤੋਂ ਆਪਾਂ ਨੂੰ ਗਿੱਲਾ ਲੱਗਦਾ ਪਰ ਥੱਲੇ ਜਿਹੜਾ ਹੈਗਾ ਮੌਇਸਚਰ ਪ੍ਰੋਪਰ ਹੈ ਨਹੀਂਗਾ ਸੋ ਜਿਹੜੀ ਹੈਗੀ ਆ ਇੱਕ ਵਾਰ ਪਾਣੀ ਆਪਾਂ ਨੂੰ ਇਹ 스테ਜ ਦੇ ਉੱਤੇ ਕਣਕ ਦੀ ਫਸਲ ਨੂੰ ਜ਼ਰੂਰ ਦੇਣਾ ਚਾਹੀਦਾ ਕਣਕ ਦੀ ਫਸਲ ਦੇ ਵਿੱਚ ਆਮ ਹੀ ਪਿਛਲੇ ਸਾਲਾਂ ਚ ਆਇਆ ਕਿ ਕਈ ਵਾਰ ਆਪਾਂ بارش ਦੇ ਚੱਕਰ ਦੇ ਵਿੱਚ ਆਈ ਹਲਕੀ بارش ਹੋਈ ਕਈ ਵਾਰੀ ਉੱਤੋਂ ਕਿਉਂਕਿ ਹੁਣ ਪਿਛਲੇ ਦਿਨੀ ਧੁੰਦ ਵੀ ਪੈਂਦੀ ਰਹੀ ਆ ਤੇ ਉਹਦੇ ਨਾਲ ਉੱਤੋਂ ਜਿਹੜਾ ਖੇਤ ਗਿੱਲਾ ਰਹਿਣਾ ਸੁਭਾਅਕ ਹੈ ਤੇ ਉਹ ਆਪਾ ਦੇਖ ਲੈਨੇ ਆ ਖੇਤ ਨੂੰ ਕਿ ਗਿੱਲਾ ਹੈਗਾ ਤੇ ਉਹਦੇ ਵਿੱਚ ਆਪਾ ਪਾਣੀ ਨਹੀਂ ਲਾਉਂਦੇ ਤੇ ਉਹਦੇ ਨਾਲ ਵੀ ਜਿਹੜਾ ਹੈ ਕਿ ਫਸਲ ਨੂੰ ਨੁਕਸਾਨ ਹੁੰਦਾ ਸੋ ਕਿਰਪਾ ਕਰਕੇ ਆਪਣਾ ਖੇਤ ਨੂੰ ਦੇਖ ਕੇ ਕੰਡੀਸ਼ਨ ਦੇ ਅਨੁਸਾਰ ਉਹਦੇ ਵਿੱਚ ਜਿੱਥੇ ਪਾਣੀ ਦੀ ਜ਼ਰੂਰਤ ਆ ਪਾਣੀ ਹਲਕਾ ਜ਼ਰੂਰ ਲਾਓ ਜਿੱਥੇ ਤੁਸੀਂ ਵੀਡੀ ਸਾਈਡ ਦੇ ਵਿੱਚ ਲੇਟ ਹੋ ਗਏ ਆ ਨਰੀਨ ਆਸ਼ਕਾਂ ਦੇ ਵਿੱਚ ਜੇ ਤੁਸੀਂ ਐ ਸਟੇਜ ਦੇ ਉੱਤੇ ਹੁਣ ਤੁਸੀਂ ਸਪਰੇਅ ਕਰਨੀ ਹੈ ਕੱਲ ਵੀ ਮੈਂ ਵੀਡੀਓ ਪਾਈ ਸੀਗੀ ਉਹ ਚ ਜਿਹੜੀ ਇੱਕ ਗੱਲ ਮੈਂ ਲਿਖੀ ਸੀ ਬੋਲਣੀ ਰਹਿ ਗਈ ਸੀ ਕਿ ਬੀੜੀ ਸਾਈਡ ਜੋ ਤੁਸੀਂ ਸਪਰੇਅ ਕਰਤਾ ਜਿਹੜਾ ਆਪਾਂ ਬੱਤਰ ਕੰਡੀਸ਼ਨ ਦੇ ਵਿੱਚ ਕਰਨਾ ਹੁੰਦਾ ਨੋਰਮਲ ਗੱਲ ਹੋਵੇ ਉਸ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਆਪਾਂ ਪਾਣੀ ਲਾ ਸਕਦੇ ਆ ਉਸ ਤੋਂ ਬਾਅਦ 10 15 20 ਦਿਨ ਬਾਅਦ ਹੀ ਕਣਕ ਨੇ ਪਾਣੀ ਮੰਗਣਾ ਕਿਸਾਨ ਵੀਰੋ ਜਦੋਂ ਆਪਾਂ ਪਹਿਲਾ ਪਾਣੀ ਜਾਂ ਲਾ ਕੇ ਜਿਹੜਾ ਹੈਗਾ 35 40 ਦਿਨ ਤੇ 45 ਦਿਨ ਤੇ ਸਪਰੇਅ ਕਰਦੇ ਆ ਉਸ ਤੋਂ ਬਾਅਦ ਸੁਭਾਵਿਕ ਹੀ ਫਸਲ ਦੇ ਵਿੱਚ 15 ਦਿਨ ਲੰਘ ਹੀ ਜਾਂਦੇ ਆ ਤੇ ਆਪਾਂ ਨੂੰ ਵੈਸੇ ਵੀ 10 15 ਦਿਨ ਜਿਹੜਾ ਹੈਗਾ ਮਗਰੋਂ ਸਪਰੇਅ ਤੋਂ ਜਿਹੜਾ ਪਾਣੀ ਲਾਉਣਾ ਚਾਹੀਦਾ ਬਹੁਤ ਹੀ ਜਲਦੀ ਜੇ ਆਪਾਂ ਪਾਣੀ ਲਾਵਾਂਗੇ ਤਾਂ ਫਸਲ ਜਿਹੜਾ ਹੈਗਾ ਨਦੀਨ ਨਾਸ਼ਕ ਦਾ ਅਸਰ ਘਟ ਜਾਊਗਾ ਤੇ ਆਪਾਂ ਨੂੰ ਦੁਬਾਰਾ ਫੇਰ ਉਹਦੀ ਸਪਰੇਅ ਕਰਨੀ ਪੈ ਸਕਦੀ ਹੈ ਤੇ ਛੋਟੇ ਤੱਤਾਂ ਬਾਰੇ ਮੈਂ ਹਰ ਵੀਡੀਓ ਜੇਕਰ ਕਰਦਾ ਛੋਟੇ ਤੱਤ ਜਿੱਥੇ ਵੀ ਮੈਗਨੀਜ਼ ਦੀ ਜ਼ਿੰਕ ਦੀ ਸਲਫਰ ਦੀ ਮੈਗਨੀਸ਼ੀਅਮ ਦੀ ਜਿਹੜੇ ਵੀ ਕਿਸੇ ਤੱਤ ਦੀ ਘਾਟ ਹੈਗੀ ਆ ਉਹਦੀਆਂ ਨਿਸ਼ਾਨੀਆਂ ਦੇਖ ਕੇ ਜਾਂ ਕਈ ਵਾਰੀ ਜਿਹੜੀ ਹੈ ਮਗਰੋਂ ਹੁਣ ਜਦੋਂ ਦਿਨ ਖੁੱਲੇ ਆ ਤਾਂ 3% ਯੂਰੀਆ ਦੀ ਵੀ ਜਿਹੜੀ ਸਪਾਰਸ਼ ਹੈਗੀ ਪੰਜਾਬ ਖੇਤੀ ਜਿਹੜੀ ਯੂਨੀਵਰਸਿਟੀ ਵੱਲੋਂ ਜੇ ਕਿਤੇ ਨਾਈਟ੍ਰੋਜਨ ਦੀ ਘਾਟ ਆਉਂਦੀ ਆ ਉੱਥੇ ਤੁਸੀਂ 55 ਦਿਨ ਤੋਂ ਬਾਅਦ ਜੇ ਘਾਟ ਤੁਹਾਨੂੰ ਨਜ਼ਰ ਆਉਂਦੀ ਆ ਤਾਂ ਉੱਥੇ ਤੁਸੀਂ 3% 3 ਕਿਲੋ ਯੂਰੀਆ 100 ਲੀਟਰ ਪਾਣੀ ਚ ਘੋਲ ਕੇ ਉਹਦੀ ਜਿਹੜੀ ਹੈਗੀ ਐ ਸਪਰੇਅ ਕਰ ਸਕਦੇ ਹੋ ਸੋ ਜਿਹੜੀ ਹੈਗੀ ਉਮੀਦ ਹੈ ਕਿ ਤੁਹਾਨੂੰ ਜਿਹੜੇ ਆਪਣੇ ਸਵਾਲਾਂ ਦਾ ਜਿਹੜਾ ਜਵਾਬ ਮਿਲ ਗਏ ਹੋਣਗੇ ਜੇ ਕੋਈ ਹੋਰ ਸਵਾਲ ਹੋਵੇ ਸੁਝਾਅ ਹੋਵੇ ਜ਼ਰੂਰ ਦੱਸਿਓ ਕਿਰਪਾ ਕਰਕੇ ਜਿਹੜੀ ਵੀਡੀਓ ਅੱਗੇ ਹੋਰ ਕਿਸਾਨ ਵੀਰਾਂ ਤੱਕ ਜ਼ਰੂਰ ਪਹੁੰਚਾ ਦਿਆ ਕਰੋ ਤਾਂ ਕਿ ਜਿਹੜਾ ਉਹਨਾਂ ਨੂੰ ਪ੍ਰਾਂਦ ਗਰੋਥ ਰੈਗੂਲੇਟਰ ਦੀ ਵਰਤੋਂ ਆਪਾਂ ਕਿੱਥੇ ਕਰਨੀ ਕਿਵੇਂ ਕਰਨੀ ਉਹਦਾ ਪਤਾ ਲੱਗ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ